ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਮੇਰੇ ਤਮਾਮ ਬੈਣਾ ਭਾਈ, ਉਮੀਦ ਕਰਨਾ ਠੀਕ ਠਾਕ ਉਸ ਜਿੱਥੇ ਰਹੋ, ਹੱਸਦੇ ਤੇ ਮੁਸਕਰਾਉਂਦੇ ਰਹੋ, ਸਾਡੀਆਂ ਦੋ ਨਾਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਖੁਸ਼ ਤੇ ਬਾਦ ਰੱਖੇ, ਅੱਲਾਹ ਪਾਕ ਕਿਸੇ ਚੀਜ਼ ਦਿਨ ਤੋੜ ਦੇਵੇ, ਅੱਲਾਹ ਪਾਕ ਤੇਰੇ ਕਾਰੋਬਾਰ ਵਰਤਾ ਪਵੇ, ਜਿਹੜੇ ਬਿਮਾਰ ਅੱਲਾਹ ਪਾਕ ਉਹਨਾਂ ਸ਼ਫਾ ਤਾ ਫਰਮਾਵੇ, ਜਿਹੜੇ ਕੁਲਾਦ ਨਹੀਂ ਅੱਲਾਹ ਪਾਕ ਉਹਨਾਂ ਔਲਾਦ ਦੇਵੇ, ਸੋਹਣਾ ਮਾਲਕ ਸਾਰੇ ਤੇ ਰਹਿਮਤ ਕਰੇ, ਹਰ ਦਾ ਬੱਲਾ ਕਰੇ, ਹਰ ਦੀ ਖੈਰ ਕਰੇ, ਔਰ ਅੱਲਾਹ ਨੂੰ ਯਾਦ ਕਰਕੇ ਅੱਜ ਦਾ ਵਲੋਗ ਦਾ ਕਰਦੇ ਪਏ ਜੀ ਆਗਾਜ਼, ਕਿਉਂਕਿ ਬੇਗਮ ਸਾਹਿਬਾ ਨੇ ਸੁਬਹ ਸੁਬਹ ਬੱਚਿਆਂ ਨੂੰ ਕਿਹੜਾ ਹੈਗਾ ਨਾ ਨਾਸ਼ਤਾ ਵਗੈਰਾ ਕਰਾ ਕੇ ਅਤੇ ਯੂਨੀਫਾਰਮ ਪਵਾ ਕੇ ਭੇਜ ਦਿੱਤਾ ਹੈਗਾ। ਬੇਗਮ ਸਾਹਿਬਾ ਨੇ ਕੱਪੜੇ ਵਗੈਰਾ ਵੀ ਕਿਹੜੇ ਇੱਕ ਦੋ ਸੂਟ ਹੈਗੇ ਸੀ ਨਾ ਮੇਰੇ ਕੱਲ੍ਹ ਵਾਲਾ ਸੂਟ ਨਾ ਫਿਰ ਦੋ ਦਿੱਤਾ ਸੀ, ਔਰ ਬੱਚਿਆਂ ਦੇ ਵੀ ਕਿਹੜੇ ਹੈਗੇ ਸੀ ਨਾ ਕੱਪੜੇ ਇਹੀ ਹੈਗੇ, ਬੱਚਿਆਂ ਵਾਸਤੇ ਵੀ ਕਾਫੀ ਦਿਨਾਂ ਦਾ ਕਹਿ ਰਿਹਾ ਵੀ ਕੱਪੜੇ ਲੈਣੇ ਹੈਗੇ ਅਤੇ ਬਸ ਨਾ ਅੱਲਾਹ ਖੈਰ ਕਰੇਗੇ, ਇਸ ਕੀ ਤਨਖਾਹ ਆਵੇਗੀ ਨਾ ਤਾਂ ਇਨਸ਼ਾਅੱਲਾਹ ਤਾਲਾ ਇੱਕ ਜੋੜਾ ਨਾ ਬੱਚਿਆਂ ਦੇ ਇੱਕ ਨਾ ਜੋੜਾ ਲਵਾਂਗੇ, ਔਰ ਸਫਾਈ ਵਗੈਰਾ ਕਿਹੜੀ ਹੈਗੀ ਨਾ ਬੇਗਮ ਸਾਹਿਬਾ ਕਰਤੀ, ਔਰ ਦਰਵਾਜ਼ਾ ਕਿਹੜਾ ਹੈਗਾ ਨਾ ਉਹ ਅੱਲਾਹ ਨਾਲ ਲਾਕ ਕਰਕੇ ਚਲੀ ਗਈ ਹੈਗੀ, ਔਰ ਇਹ ਵੀ ਇਨਸ਼ਾਅੱਲਾਹ ਤਾਲਾ ਅੱਲਾਹ ਕਰੇਗਾ, ਕਿਉਂਕਿ ਭੈਣ ਭਾਈ ਦੇ ਨਾ ਕਮੈਂਟ ਐਨ ਭੈਣ ਹੈ ਜਾਂ ਭਾਈ ਹੈਗਾ ਵੀ ਨਾ ਤੁਸੀਂ ਬਾਈ ਸਫਦਰ ਇਹ ਲਾ ਨਾ ਤੁਸੀਂ ਦਰਵਾਜ਼ਾ ਕਿਹੜਾ ਹੈਗਾ ਨਾ ਲਗਾ ਲਓ, ਅਤੇ ਫਿਰ ਨਾ ਮਾਸ਼ਾਅੱਲਾਹ ਖੂਬਸੂਰਤ ਇੱਕ ਲੱਗੇਗਾ, ਅਤੇ ਇੱਕ ਨਾ ਦੂਸਰਾ ਵੀ ਬੰਦਾ ਦਰਵਾਜ਼ਾ ਦੇ ਕੇ ਬਾਹਰ ਚਲਾ ਜਾਂਦਾ, ਫਿਰ ਉਹ ਦਰਵਾਜ਼ਾ ਨਾ ਹੀ ਦਿੱਪੇ ਨਾ ਅਤੇ ਫਿਰ ਇਹ ਕਵਰ ਹੋ ਜਾਂਦੇ, ਕਿਉਂ ਕਮਰਿਆਂ ਦੇ ਅੰਦਰ ਚੀਜ਼ਾਂ ਪਈਆਂ ਹੈਗੀਆਂ, ਅੰਦਰੋਂ ਨਾ ਕੋਈ ਚੱਕਣੂ ਰਿਹਾ ਜੀ ਬੂਹਾ ਬਾਰੂ ਦਿੱਪੇ ਆਉਣਾ, ਤਾਂ ਇਨਸ਼ਾਅੱਲਾਹ ਤਾਲਾ ਅੱਲਾਹ ਹਿੰਮਤ ਦਿੰਦਾ ਹੈ ਨਾ ਇਹ ਵਾਲਾ ਦਰਵਾਜ਼ਾ ਕਿਹੜਾ ਹੈਗਾ ਨਾ ਉਸ ਦੇ ਨਾਲ ਦਾ ਵੀ ਨਾ ਲਵਾਵਾਂਗੇ, ਔਰ ਉਹ ਵੀ ਨਾ ਬਹੁਤ ਬਹੁਤ ਸ਼ੁਕਰਗੁਜ਼ਾਰ ਅੱਲਾਹ ਪਾਕ ਦੇ ਇੱਕ ਨੇਕ ਬੰਦੇ ਨੇ, ਬਹੁਤ ਅੱਛੀ ਸਿਸਟਰ ਅੱਲਾਹ ਉਹਦੀ ਜ਼ਿੰਦਗੀ ਕਰੇ ਕਿਹੜੇ ਸਾਨੂੰ ਨਾ ਦਰਵਾਜ਼ਾ ਲਗਾ ਦਿੱਤਾ ਸੀ ਮਾਸ਼ਾਅੱਲਾਹ, ਕਿਹੜੇ ਵਾਸ਼ਿੰਗ ਮਸ਼ੀਨਾਂ ਔਰ ਠੰਡੇ ਪੱਖੇ ਔਰ ਸੋਲਰ ਵਾਲੇ ਪੱਖੇ ਮਾਸ਼ਾਅੱਲਾਹ ਲਵਾ ਕੇ ਦਿੱਤੇ ਨਾ ਉਸ ਸਿਸਟਰ ਨੇ ਨਾ ਸਾਨੂੰ ਇਹ ਬੂਹਾ ਹੀ ਲਵਾ ਦਿੱਤਾ ਸੀ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ, ਉਸੇ ਨੇ ਸਾਡਾ ਨਲਕਾ ਵੀ ਮਾਸ਼ਾਅੱਲਾਹ ਉਹਨੇ ਹੀ ਨਾ ਲਵਾ ਕੇ ਦਿੱਤਾ ਸੀ, ਅੱਲਾਹ ਪਾਕ ਉਹਦੀ ਜ਼ਿੰਦਗੀ ਬਹੁਤ ਬਹੁਤ ਅੱਛੀ ਸਿਸਟਰ ਹੈ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ, ਅੱਲਾਹ ਉਹਦੇ ਕਾਰੋਬਾਰਾਂ 'ਚ ਬਰਕਤਾਂ ਪਾਵੇ ਸੋਹਣਾ ਮਾਲਕ, ਅਤੇ ਔਰ ਅੱਲਾਹ ਗੁੰਜਾਇਸ਼ ਦਿੰਦਾ ਹੈ ਨਾ ਅਤੇ ਇਹਦੇ ਤਕਰੀਬਨ 6,000 ਰੁਪਈਆ ਭਾਈ ਨੇ ਮੰਗਿਆ, 5,506,000 ਰੁਪਈਆ ਨਾ ਵੀ ਇੱਥੇ ਨਾ ਬੋਰ ਕਰਕੇ ਨਾ ਨਵੀਂ ਕਿਹੜੀ ਹੈਗੀ ਨਾ ਇੱਥੇ ਅਤੇ ਨਲਕਾ ਲਾ ਕੇ ਦੇਵਾਂਗੇ, ਕਿਉਂਕਿ ਨਾ ਬਿਲਕੁਲ ਨਾ ਤਕਰੀਬਨ ਇਤਰਾ ਹੀ ਨਾ ਕਿਤਰਾ ਉਹ ਹੈ ਨਾ ਇਹ ਖਾਡਾ ਇਤਰਾ ਹੀ ਨਾ ਖਾਡਾ ਬਣਾ ਲੈਣਾ ਇੰਝ ਦਾ ਕਰਕੇ, ਕਿਉਂਕਿ ਰੋੜੀ ਵਗੈਰਾ ਮੈਂ ਤਾਂ ਕਰਕੇ ਸੰਭਾਲ ਕੇ ਰੱਖੀ ਹੋਈ ਹੈ ਕਿ 4 ਰੇੜੀਏ ਥੱਲੇ ਮਿੱਟੀ ਦੀ ਪਾ ਕੇ ਨਾ ਅਤੇ ਉੱਤੇ ਰੋੜੀ ਬਣਾ ਕੇ ਨਾ ਉਹਦੇ ਨਾਲ ਨਾ ਖਾਡਾ ਮੁਕੰਮਲ ਕਰ ਦੇਣਾ, ਅਤੇ ਔਰ ਇਹ ਵਾਲੀ ਮੋਟਰ ਕਿਹੜੀ ਹੈਗੀ ਇਹਤੋਂ ਪੱਟ ਕੇ ਇੱਥੇ ਨਾਲ ਨਲਕਾ ਲੱਗ ਜਾਣਾ ਹੈਗਾ, ਅਤੇ ਇੱਥੇ ਨਾਲ ਹੀ ਪਿਛਲੀ ਸਾਈਡ ਬੈਕ ਸਾਈਡ 'ਤੇ ਨਾ ਮੋਟਰ ਲਵਾ ਕੇ ਨਾ ਇਹਦੇ ਵਿੱਚ ਨਾ ਪੈਂਪ ਦੇ ਅਤੇ ਉੱਤਾਂ ਸਿੱਧਾ ਨਾ ਪਾਣੀ ਡਾਇਰੈਕਟ ਕਿਹੜਾ ਹੈਗਾ ਨਾ ਟੈਂਕੀ ਦੇ ਵਿੱਚ ਚਲਾ ਜਾਵੇਗਾ, ਅਤੇ ਉਹ ਉੱਥੇ ਫੁਹਾਰੇ ਵਗੈਰਾ ਲੱਗ ਜਾਵਣਗੇ, ਅਤੇ ਉਹ ਵਾਲੀ ਨਾ ਟੈਂਕੀ ਵੀ ਅੱਲਾਹ ਗੁੰਜਾਇਸ਼ ਦਿੰਦਾ ਹੈ ਨਾ ਜੀ ਫੁਹਾਰਿਆਂ ਵਗੈਰਾ ਦੀ ਨਾ ਜਾਂ ਟੂਟੀਆਂ ਦੀ, ਕਿਉਂਕਿ ਟੂਟੀਆਂ ਵਗੈਰਾ ਤਾਂ ਕਾਫੀ ਸਾਰੀਆਂ ਦੂਸਰੀਆਂ ਨਾ ਕਿਹੜੀ ਹੈਗੀ ਨਾ ਲੱਗੀਆਂ ਹੋਈਆਂ ਹੈਗੀਆਂ, ਸਿਰਫ ਨਾ ਵਿੱਚ ਟੂਟੀਆਂ ਆ ਕੇ ਨਾ ਲੱਗਣੇ ਹੈਗੇ, ਕਿਉਂਕਿ ਇਹ ਵਾਲੇ ਨਾ ਵਾਲ ਵਗੈਰਾ ਵੀ ਹੈਗੇ ਲੱਗੇ ਹੋਏ, ਅਤੇ ਇਹ ਵਾਲਾ ਥੱਲੇ ਵੀ ਬਸ ਟੂਟੀਆਂ ਵਗੈਰਾ ਮੁਕੰਮਲ ਹੋਈਆਂ ਪਈਆਂ, ਸਿਰਫ ਫਕਤ ਸਿਰਫ ਇਹਨਾਂ 'ਤੇ ਫੁਹਾਰੇ ਵਗੈਰਾ ਲੱਗਣੇ ਹੈਗੇ, ਔਰ ਮਾਸ਼ਾਅੱਲਾਹ ਕਾਫੀ ਸਾਰਾ ਪੇਂਟ ਵੀ ਅੱਛਾ ਲੱਗ ਰਿਹਾ ਹੈਗਾ, ਕਾਫੀ ਸਾਰੇ ਭਾਈਆਂ ਪਿੰਡ ਕਮੈਂਟ ਵੀ ਕੀਤੇ ਸੀ ਭਾਈ ਨਾ ਬੜਾ ਪਿਆਰਾ ਪੇਂਟ ਹੈਗਾ ਅਤੇ ਇਹ ਵਾਲਾ ਤੁਸੀਂ ਠੀਕ ਕੀਤਾ ਹੈਗਾ, ਕਿਉਂਕਿ ਅਜੀ ਤੋਂ ਨਾ ਚਮਕ ਰਿਹਾ ਹੈਗਾ ਕੱਪੜਾ ਵਗੈਰਾ ਲੱਗਦਾ ਰਹੇ ਨਾ ਅਤੇ ਫਿਰ ਇਹਨਾਂ ਚਮਕ ਨਹੀਂ ਛੱਡਣੀ ਭਾਈ ਨੇ ਕਿਹਾ ਹੈਗਾ, ਅਤੇ ਔਰ ਚੱਲਣੇ ਹੁਣ ਬੈਰ ਬੇਗਮ ਸਾਹਿਬ ਵਾਲੇ ਚੱਲ ਕੇ ਸ਼ੋਪ 'ਤੇ ਕੋਈ ਥੋੜ੍ਹਾ ਜਿਹਾ ਸਮਾਨ ਵਗੈਰਾ ਕਿਹੜਾ ਲੈਣਾ, ਕੱਲ੍ਹ ਹੀ ਨਹੀਂ ਲੈ ਵੀ ਜਾ ਕਿਉਂਕਿ ਨਾ ਮਿਸਤਰੀ ਭਾਈ ਆ ਗਏ ਸੀ, ਅਤੇ ਅੱਲਾਹ ਕਰੇਗਾ ਅੱਲਾਹ ਹਿੰਮਤ ਦਿੰਦਾ ਚੰਨਾ ਅਤੇ ਇਸ ਦਾ ਕੰਮ ਦਾ ਨਾ ਫਿਰ ਨਾ ਉਹ ਸ਼ਾਦਤ ਭਾਈ ਨੂੰ ਜਾਣ ਨਹੀਂ ਦੇਣਾ ਸੀ ਬੇਗਮ ਸਾਹਿਬਾਂ ਦੇ ਭਾਈ ਨੂੰ, ਕਿਉਂਕਿ ਤਕਰੀਬਨ ਇੱਥੇ 1,500-2,000 ਰੇਟ ਲੱਗਣੀ ਸੀ, ਅੱਲਾਹ ਨਾ ਕਿਚਨ ਵੀ ਕਿਹੜਾ ਹੈਗਾ ਨਾ ਉੱਚਾ ਹੋ ਜਾਂਦਾ ਮੁਕੰਮਲ ਹੋ ਜਾਵੇ ਆ, ਅਤੇ ਫਿਰ ਇਹ ਪਰੇਸ਼ਾਨੀ ਖਤਮ ਹੋ ਜਾਵੇ ਆ, ਉੱਤੇ ਬੰਦਾ ਚੱਲ ਨਹੀਂ ਨਾ ਗੁੰਜਾਇਸ਼ ਹੈਗੀ ਸੀ ਕੜੀਆਂ ਗਾਡਰਾਂ ਦੀ ਬੰਦਾ ਵਾਂਸ ਪਾ ਕੇ ਨਾ ਅਤੇ ਬੰਦਾ ਛਾਪਰ ਵਗੈਰਾ ਪਾ ਲੈਂਦਾ ਚੱਲ ਰੋਟੀ ਹਾਂਡੀ ਨਾ ਅੰਦਰ ਬੰਦਾ ਪਕਾ ਲੈਂਦਾ, ਕਿਉਂਕਿ ਬਾਹਰ ਨਾ ਇੱਥੇ ਓਪਨ ਜਗ੍ਹਾ 'ਤੇ ਕਾਫੀ ਨਾ ਬਈ ਲੰਘਣ ਡੱਬੇ ਪਰਿੰਦੇ ਕਿਹੜੇ ਹੈਗੇ ਨਾ ਫਿਰ ਨੁਕਸਾਨ ਕਰਕੇ ਚਲੇ ਜਾਂਦੇ ਹੈਗੇ, ਤਾਂ ਕਰਕੇ ਇਸ ਗੱਲੋਂ ਨਾ ਕਾਫੀ ਮੁਸ਼ਕਲ ਤਾਂ ਬਣਦੀ ਹੈਗੀ, ਪਰ ਕੀ ਕਰੀਏ ਮਜਬੂਰ ਹਾਂ, ਅੱਲਾਹ ਅਸਤਾਸ ਹਿੰਮਤ ਦੇਵੇਗਾ, ਸੋਹਣੇ ਮਾਲਕ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਇਤਰੇ ਜੋਗਾ ਮਾਲਕ ਦੀ ਜ਼ਾਤ ਨੇ ਕੀਤਾ ਹੈਗਾ, ਸ਼ੁਕਰ ਦਾ। ਹਾਂਜੀ, ਅਤੇ ਮੈਂ ਵੀ ਸ਼ੋਪ 'ਤੇ ਆ ਗਿਆ ਕਿਉਂਕਿ ਬੇਗਮ ਸਾਹਿਬਾ ਵੀ ਸ਼ੋਪ 'ਤੇ ਬੈਠੀ ਹੋਈ ਸੀ, ਗਾਰ ਦਾ ਕੰਮ ਕਰ ਲਿਆ ਸੀ ਸਾਰਾ,
ਔਰ ਮੈਂ ਵੀ ਨਾ ਹੁਣ ਚੱਲਿਆ ਹੈਗਾ, ਕੋਈ ਥੋੜ੍ਹਾ ਜਿਹਾ ਸਮਾਨ ਕਿਹੜਾ ਹੈਗਾ ਨਾ, ਕਰਿਆਨੇ ਤਾਂ ਲੈਣਾ, ਮੈਂ ਥੋੜ੍ਹਾ ਜਿਹਾ ਕਿਹੜੇ ਸੇਲ ਹੋਈ ਹੋਈ ਹੈਗੀ ਨਾ, ਉਹ ਵਾਲੇ ਨਾ ਪੈਸਿਆਂ ਦਾ ਸਮਾਨ ਲੈ ਆਉਂਦੇ ਹਾਂ। ਅਤੇ ਔਰ ਸ਼ੁਕਰ ਗੁਜ਼ਾਰ ਹਾਂ ਅੱਲਾ ਪਾਕ ਦੇ ਸਨੇਕ ਬੰਦੇ ਦਾ ਜਿਹੜਾ ਸਾਨੂੰ ਇਤਨਾ ਕਾਰੋਬਾਰ ਬਣਾ ਦਿੱਤਾ ਸੀ। ਅਤੇ ਕਿਉਂਕਿ ਮੁੜ ਕੀ ਕਰੀਏ, ਬੇਗਮ ਸਾਹਿਬ ਤਬੀਅਤ ਖਰਾਬ ਹੋਈ ਤਾਂ ਹੀ ਵਿੱਚੋਂ ਹੀ ਦਵਾਈ ਲੈਣੀ ਸੀ, ਬੱਚਿਆਂ ਵਗੈਰਾ ਸਾਰਾ ਇਹਨਾਂ ਵਿੱਚੋਂ ਨਿਜ਼ਾਮ ਚੱਲਦਾ ਰਹੇ। ਬੇਗਮ ਸਾਹਿਬ ਦੀ ਆਈ ਫਿਰ ਨਾ ਤਬੀਅਤ ਖਰਾਬ ਹੈਗੀ, ਅਤੇ ਦਵਾਈ ਅਗਲੀ ਨਾ ਖਤਮ ਹੋ ਗਈ, ਤਾਂ ਕਰਕੇ ਇੱਕ ਦੋ ਖੁਰਾਕਾਂ ਪਈਆਂ ਸੀ ਤੌਲੀਆਂ ਨਾ ਬੇਗਮ ਸਾਹਿਬ ਲੈ ਲਈਆਂ, ਕਿਉਂਕਿ ਉਹ ਵਾਲੀ ਅਗਲੀਆਂ ਦਵਾਈਆਂ ਨਾ ਸਹੀ ਬਾਅਦ ਸੀ ਨਾ ਕਾਫੀ ਸਾਰੀਆਂ ਮਹਿੰਗੀਆਂ ਮਿਲਦੀਆਂ, ਕਿਉਂਕਿ ਅੱਗੇ ਇੱਕ ਸਿਸਟਰ ਨੇ ਨਾ ਸਾਡੇ ਵਾਸਤੇ ਪੈਸੇ ਭੇਜੇ ਸੀ ਬੇਗਮ ਸਭਾ ਵਾਸਤੇ, ਉਹ ਦਵਾਈ ਕਾਫੀ ਦਿਨ ਨਾ ਦਵਾਈ ਤੱਕ ਗਈ ਹੈਗੀ, ਅਤੇ ਉਹ ਵਾਲੀ ਲੈਣ ਦੀ ਸੀ ਸ਼ਹਿਰ ਦੇ ਵਿੱਚੋਂ, ਅਤੇ ਅੱਲਾ ਉਹਦੀ ਜ਼ਿੰਦਗੀ ਕਰੇ, ਕਾਫੀ ਸਾਰੇ ਨਾ ਉਹਨੇ ਪੈਸੇ ਭੇਜੇ ਸੀ, ਸੋਹਣਾ ਮਾਲਕ ਉਹਨਾਂ 'ਤੇ ਰਹਿਮਤ ਕਰੇ। ਅਤੇ ਇਨਸ਼ਾਅੱਲਾ ਤਾਲਾ ਹੁਣ ਵੀ ਥੋੜ੍ਹੇ ਜਿਹੇ ਪੈਸੇ ਕੋਈ ਤੰਦੂਰ ਵਗੈਰਾ ਵਿਕਦਾ ਹੈ ਨਾ, ਅਤੇ ਫਿਰ ਤੁਹਾਡੀਆਂ ਚਲੋ ਇੱਕ ਦੋ ਦਿਨਾਂ ਦੀ ਜਾਂ ਚਾਰ ਦਿਨਾਂ ਦੀ ਨਾ ਖੁਰਾਕਾਂ 'ਤੇ ਮੈਂ ਲੈ ਆਵਾਂਗਾ, ਕਿਉਂਕਿ ਅੱਜ ਫਿਰ ਨਾ ਚਿੱਟੀਆਂ ਸਫੈਦ ਅੱਖਾਂ ਨਿਕਲੀਆਂ ਪਈਆਂ ਹੈਗੀਆਂ, ਅਤੇ ਫਿਰ ਨਾ ਖੱਟਾ ਪਟੀਟ ਰੰਗ ਨਿਕਲਿਆ ਪਿਆ। ਚਲੋ ਮੈਂ ਕੋਈ ਅੱਜ ਸੌਦਾ ਕੀ ਕਰੀਏ, ਤਕਰੀਬਨ ਕੁਛ 4-5 ਹਜ਼ਾਰ ਸੇਲ ਹੋਈ ਹੈਗੀ, ਉਹਦਾ ਨਾ ਜਾ ਕੇ ਸਮਾਨ ਲੈਣ ਲੱਗਿਆ, ਕਿਉਂਕਿ ਸਮਾਨ ਨਾ ਹੋਵੇ ਸਾਡੂ ਆਕੇ ਗਾਹਕ ਨਾ ਦੁਕਾਨਦਾਰੀ ਖਰਾਬ ਹੁੰਦੀ ਪਈ, ਕਿਉਂਕਿ ਸਮਾਨ ਵਿੱਚ ਬਿਲਕੁਲ ਹੀ ਕੋਈ ਨਹੀਂ ਪਿਆ, ਥੋੜ੍ਹਾ ਗਾਣਾ ਨਾ ਸਮਾਨ ਪਿਆ ਹੈਗਾ, ਥੋੜ੍ਹਾ ਥੋੜ੍ਹਾ ਕਿਹੜੇ ਟੋਫੀਆਂ ਵਗੈਰਾ ਜਾਂ ਮੱਛੀਆਂ ਟਾਫੀਆਂ ਕਿਹੜੀਆਂ ਹੈਗੀਆਂ ਨਾ, ਉਹਨਾਂ ਦੀਆਂ ਨਾ ਲੈ ਆਉਂਦੇ ਹਾਂ। ਅਤੇ ਤਾਂ ਕਰਕੇ ਮੈਂ ਕਿਹਾ ਚੱਲ ਮੱਛੀਆਂ ਟੋਫੀਆਂ ਬਿਸਕਟ ਵਗੈਰਾ ਕਿਹੜੇ ਹੈਗੇ ਨਾ, ਉਹ ਵੀ ਖਤਮ ਹੋਏ ਪਏ, ਔਰ ਕੀ ਇੱਕ ਨਾ ਕਿਲੋ 1.5 ਦਾ ਪੈਕਟ ਔਰ 100 ਵਾਲੀ ਸਰਫ ਹੀ ਖਤਮ ਹੋਈ, ਸੇਵੀਆਂ ਵਗੈਰਾ ਤਾਂ ਕਾਫੀ ਸਾਰੀਆਂ ਪਈਆਂ ਹੈਗੀਆਂ, ਦੂਸਰਾ ਕਿਹੜਾ ਸਮਾਨ ਲੈਣਾ ਹੈਗਾ। ਅਤੇ ਔਰ ਤੰਦੂਰਾਂ ਵਾਸਤੇ ਕਿਹੜੀ ਹੈਗੀ ਨਾ ਕੇਰੀ, ਉਹ ਵਾਲੀ ਵੀ ਨਾ ਲੈ ਕੇ ਆਉਣੀ ਹੈਗੀ, ਕਿਉਂਕਿ ਨਾ ਭਾਈਆਂ ਭੈਣਾਂ ਦਾ ਕਾਫੀ ਸਾਰੇ ਕਮੈਂਟ ਆਏ, ਬਾਈ ਤੁਸੀਂ ਇਹਨੂੰ ਲਾਲ ਰੰਗ ਮੈਰੀ ਕਰੋ ਅਤੇ ਜ਼ਿਆਦਾ ਸੇਲ ਹੋਣਗੇ ਅਤੇ ਖੂਬਸੂਰਤੀ ਵਧਦੀ, ਇਨਸ਼ਾਅੱਲਾ ਤਾਲਾ ਉਹ ਵੀ ਚੱਲ ਕੇ ਨਾ ਪਰ ਸ਼ੌਪ ਤੋਂ ਨਾ ਕੋਈ ਜ਼ਿਆਦਾ ਨਹੀਂ ਤਾਂ ਅੱਧਾ ਕਿਲੋ ਲੈ ਆਵਾਂਗੇ ਕਿਹੜੀ ਨਾ, ਇਹਨਾਂ ਨੂੰ ਨਾ ਸਾਰਿਆਂ ਨੂੰ ਪੂਰੀ ਆ ਜਾਵੇਗੀ। ਅਤੇ ਹੁਣ ਚੱਲਦੇ ਹਾਂ ਚੱਲ ਕੇ ਸ਼ਹਿਰ, ਅਤੇ ਸ਼ਹਿਰ ਭਾਈਆਂ ਭੈਣਾਂ ਮੁਲਾਕਾਤ ਕਰਨੇ ਆ, ਬੇਗਮ ਸਾਹਿਬਾਂ ਨੂੰ ਖਾਂਸੀ ਨਾ ਵੱਧ ਗਈ ਹੈਗੀ, ਅਤੇ ਫਿਰ ਸ਼ੌਪ ਬੰਦ ਕਰਕੇ ਜਾਓ, ਰੈਸਟ ਕਰ ਲਓ ਤੁਸੀਂ, ਤੁਸੀਂ ਬਸ ਰਹਿਣ ਦਿਓ ਇੱਥੇ ਨਾ, ਅਤੇ ਮੈਂ ਆ ਜਾਵਾਂਗਾ, ਮੈਂ ਆਪੇ ਸੌਦਾ ਖੋਲ੍ਹ ਲਵਾਂਗਾ ਦੁਕਾਨ, ਕਾਫੀ ਤਬੀਅਤ ਤੁਹਾਡੀ ਖਰਾਬ ਨਜ਼ਰ ਆ ਰਹੀ। ਹਾਂਜੀ, ਅਤੇ ਘਰੋਂ ਮੈਂ ਆ ਗਏ ਸੀ, ਔਰ ਬਾਈ ਨੂੰ ਕੇਰੀ ਕਹੀ ਹੈਗੀ ਤੋਲਣ ਵਾਸਤੇ, ਔਰ ਬਾਈ ਹੋਰੀ ਤੋਲ ਲੈ, ਉਹ ਬਿਲਕੁਲ ਅੱਧਾ ਕਿਲੋ ਲੈਣੀ ਸੀ, ਉਹ ਤਕਰੀਬਨ ਅੱਧਾ ਕਿਲੋ ਸਾਨੂੰ ਚਾਹੀਦੀ ਹੈਗੀ ਜ਼ਿਆਦਾ ਕਿਹੜੀ ਹੈਗੀ ਨਾ, ਫਿਰ ਨਾ ਆਸਤਾ ਆਸਤਾ ਫਿਰ ਲੈ ਲਵਾਂਗੇ ਨਾਲ ਹੋਰ ਵੀ, ਔਰ ਕਾਫੀ ਸਾਰਾ ਬਾਈ ਹੋਰਾਂ ਦਾ ਕੰਮ ਮਾਸ਼ਾਅੱਲਾ ਕਾਫੀ ਸਾਰਾ ਚੱਲਿਆ। ਹਾਂਜੀ, ਅਤੇ ਮਾਸ਼ਾਅੱਲਾ ਮੈਂ ਕੇਰੀ ਵਗੈਰਾ ਲੈ ਲਈ ਸੀ, ਅਤੇ ਔਰ ਆ ਗਿਆ ਸ਼ੌਪ 'ਤੇ, ਸ਼ੌਪ 'ਤੇ ਮਾਸ਼ਾਅੱਲਾ ਸਟੋਰ 'ਤੇ ਆ ਗਿਆ ਸ਼ੌਪ 'ਤੇ, ਕਾਫੀ ਸਾਰਾ ਭਾਈ ਨੇ ਨਾ ਹੁਣ ਮੁੜ ਸਟਾਕ ਕਰ ਲਿਆ ਹੈਗਾ ਸਮਾਨ ਵਗੈਰਾ ਨਾ, ਪਾਪੜ ਹਰ ਚੀਜ਼ ਨਾ ਸਮਝੋ ਹਰ ਆਈਟਮ ਮਾਸ਼ਾਅੱਲਾ ਫਿਰ ਬਾਈ ਹੋਰਾਂ ਨੇ ਲੈਣ ਦੀ। ਇੱਕ 100 ਵਾਲਾ ਸਰਫ ਦਾ ਪੈਕਟ ਬਾਈ ਕਰੀ, ਉਹ ਟੋਫੀਆਂ ਵਗੈਰਾ ਕਿਹੜੀ ਹੈਗੀ ਨਾ ਇੱਥੋਂ ਮੈਂ ਲੈ ਲੈਂਦਾ, ਕਿਉਂਕਿ ਬੇਗਮ ਸਾਹਿਬਾਂ ਨੇ ਕਿਹਾ ਅਮਰੂਦ ਵਾਲੀ ਕਿਹੜੀ ਹੈਗੀ ਨਾ ਉਹ ਟੋਫੀ, ਉਹ ਜ਼ਿਆਦਾ ਨਾ ਸੇਲ ਹੁੰਦੀ ਹੈਗੀ, ਬੱਚੇ ਜ਼ਿਆਦਾ ਉਹ ਪਸੰਦ ਕਰਦੇ ਹੈਗੇ, ਇੱਥੇ ਅਮਰੂਦ ਵਾਲੀ ਹੋਣੀ ਹੈ ਕਿਧਰੇ, ਨਹੀਂ ਇਹ ਹਦਰਾ ਕਾਲੀ ਹੈਗੀ, ਅਮਰੂਦ ਵਾਲੀਆਂ ਟੋਫੀਆਂ ਕਿੱਥੇ ਪਹਿਲਾਂ ਪਈਆਂ, ਇਹ ਲਈ, ਹਾਂ ਇਹ ਲਈ ਅਮਰੂਦ ਵਾਲੀ ਹੈਗੀ, 3-4 ਡੱਬੇ ਲੈ ਲੈਂਦੇ ਹਾਂ, ਇਹ ਵੀ ਨਹੀਂ ਹੈਗੀ, ਇਹ ਲਈ ਤਕਰੀਬਨ 3 ਡੱਬੇ ਲੈ ਲੈਂਦੇ ਹਾਂ ਕੋਈ ਇੱਕ ਅੱਧੀ, ਇਹ ਸੁਪਰ ਕਿੱਥੇ ਚਾਲੀ ਲਾਇਆ ਪਿਆ, ਟੋਫੀ ਵਗੈਰਾ ਕੋਈ ਡੱਬਾ ਵਗੈਰਾ ਇਹ ਵੀ ਲੈ ਲੈਂਦੇ ਹਾਂ, ਉਹ ਸ਼ੈਂਪੂ ਵੀ ਖਤਮ ਹੋਇਆ ਪਿਆ ਸੀ ਫਿਲਹਾਲ, ਇੱਕ ਲੜੀ ਪੂਰੀ ਨਾ ਸਮਝੋ ਸ਼ੈਂਪੂ ਦੀ ਲੈ ਲੈਂਦੇ ਹਾਂ, ਔਰ ਦੂਸਰਾ ਕਿਹੜਾ ਸਮਾਨ, ਚੀਨੀ ਵੀ ਆਇਆ ਤਾਂ ਖਤਮ ਹੋਈ ਸੀ ਪਰ ਉਤਰੇ ਨਾ ਪੈਸੇ ਨਹੀਂ ਹੈਗੇ, ਔਰ ਨਹੀਂ ਤਾਂ ਬੋਰ ਚੀਨੀ ਦੀ ਕਿਹੜੀ ਹੈਗੀ ਨਾ,
ਲੈ ਲੈਣੀ ਸੀ ਉਧਾਰ ਵੀ ਬਾਈ ਹੋਰੀ ਤਾਂ ਦੇ ਮੈਨੂੰ ਕਿ ਉਧਾਰ ਬਾਰ ਉਧਾਰ ਮੈਂ ਨਾ ਲੈਂਦਾ ਨਹੀਂ ਹਾਂ ਕਿਉਂਕਿ ਬੰਦੇ ਨਾਲ ਸਿਰ 'ਤੇ ਬੋਝ ਹੋ ਜਾਂਦਾ ਫਿਰ ਬੰਦਾ ਨਾ ਦੁਕਾਨ 'ਤੇ ਆਮਨੂੰ ਜਾਮਨੂੰ ਹੀ ਰਹਿੰਦਾ ਹੈਗਾ ਇਸ ਗੱਲੋਂ ਮੈਂ ਉਧਾਰ ਨਹੀਂ ਲਵਾਂਗਾ ਕਿਉਂਕਿ ਬੋਤਲਾਂ ਵਗੈਰਾ ਵੀ ਥੋੜ੍ਹੀਆਂ ਜਿਹੀਆਂ ਪਈਆਂ ਹੈਗੀਆਂ ਅਤੇ ਕਿਹੜਾ ਹੈਗਾ ਅੱਛਾ ਸਰਾਫੀ ਬਾਈ ਨੇ ਲਿਆ ਦਿੱਤੀ ਹੋਰ ਕਿਹੜਾ ਕੁਛ ਥੋੜ੍ਹਾ ਜਿਹਾ ਯਾਦ ਕਰਕੇ ਨਾ ਸੋਦਾ ਵੇਖ ਕੇ ਤਾਂ ਲੈਂਦੇ ਹਾਂ ਅਤੇ ਫਿਰ ਚੱਲਦੇ ਹਾਂ ਘਰ ਨੂੰ ਤਕਰੀਬਨ ਕੀ ਚੀਜ਼ ਲੈਣੀ ਹੈਗੀ ਸੀ ਹੋਰ ਦਾਲਾਂ ਵਗੈਰਾ ਤਾਂ ਪਈਆਂ ਹਾਂ ਘੀ ਖਤਮ ਹੋਇਆ ਸੀ ਕਿਲੋ ਵਾਲਾ ਪੈਕਟ ਘੀ ਵੀ ਨਾ ਲੈਂਦੇ ਹਾਂ ਇੱਥੋਂ ਭਾਈ ਹੋਰਾਂ ਨੇ ਤਾਂ ਮਾਸ਼ਾਅੱਲਾ ਢੇਰ ਲਾਇਆ ਹੋਇਆ ਕਿ ਘੀ ਦੇ ਮਾਸ਼ਾਅੱਲਾ ਸਮਾਨ ਲੈ ਕੇ ਮੈਂ ਘਰੇ ਪਹੁੰਚਿਆ ਹੋਰ ਕੀ ਰੱਖਣਾ ਕਿਸ ਤਰ੍ਹਾਂ ਸਮਾਨ ਮਿਲਦਾ ਸੀ ਨਾ ਸੁੰਦਰ ਰੱਖਣਾ ਲੈ ਆਉਂਦਾ ਹੋਰ ਇੱਥੇ ਨਾ ਸੂਜੀ ਤਾਂ ਛਾਪਰ ਮੈਨੂੰ ਫੱਟ ਗਿਆ ਹੈਗਾ ਵਿੱਚ ਨਾ ਉਹਨੇ ਬਾਈ ਨੇ ਸਿੱਟ ਦਿੱਤੀ ਸੀ ਉਹ ਰੰਗ ਵੀ ਲੈ ਕੇ ਆਇਆ ਤਕਰੀਬਨ ਅੱਧਾ ਕਿਲੋ ਨਾ ਚੇਰੀ ਵੀ ਲੈਂਦੀ ਨਾਲ ਨਾਲ ਤੰਦੂਰਾਂ ਨੂੰ ਪੇਂਟ ਵੀ ਕਰਨੇ ਆ ਨਾਲ ਇਤਲਾ ਕੰਮ ਵੀ ਸਾਰਾ ਕੱਢ ਲਿਆ ਬਹਿਣ ਉਸ ਕਿਹੜੇ ਸ਼ੈਂਪੂ ਵਗੈਰਾ ਨੇ ਮੈਂ ਅੰਦਰ ਅਗਲੀ ਸਾਈਡ 'ਤੇ ਲਾ ਦਿੰਦੇ ਅੱਛਾ ਨਾ ਹੋਰ ਦੂਸਰਾ ਕਿਹੜਾ ਹੈਗਾ ਨਾ ਗੁੜ ਵੀ ਲੈ ਕੇ ਆਇਆ ਤਕਰੀਬਨ 5 ਕਿਲੋ ਲੈ ਕੇ ਆਇਆ ਕਿਉਂਕਿ ਨਾ ਜ਼ਿਆਦਾਤਰ ਲੋਕ ਨਾ ਪੱਤ ਬਣਾ ਕੇ ਨਾ ਰੋਟੀ ਸੁਬਹ ਸੁਬਹ ਨਾਲ ਹੋਰ ਸਿਰਫਾਂ ਦਾ ਵੀ ਸੋਆ ਦਾ ਪੈਕਟ ਨਾਲ ਲੈ ਆਉਂਦਾ ਹੈਗਾ ਨਾਲ ਘੀ ਦੇ ਪੈਕਟ ਵੀ 5 ਕਿਲੋ ਘੀ ਵੀ ਲੈਣ ਦਾ ਥੋੜ੍ਹਾ ਥੋੜ੍ਹਾ ਸਮਾਨ ਜਿਸ ਤਰ੍ਹਾਂ ਇੱਕ ਪੈਸੇ ਨਾਲ ਲਿਆ ਉਹ ਲੈਣਾ ਲੈਣ ਦਾ ਬਿਸਕਟ ਵਗੈਰਾ ਸੁਪਰ ਮੁੱਦੇ ਲੈਂਦੇ ਲੈਣਾ ਮੁੱਦੇ ਲੇਕਿਨ ਸਰ ਮੈਂ ਟਰੋਫੀਆਂ ਲੈ ਦੀਆਂ ਨੋਈ ਅਮਰੂਦ ਵਾਲੀਆਂ ਕਰੀ ਤਾਂ ਸਕੀ ਹੈ ਤਿੰਨ ਇੱਕ ਡੱਬੇ ਨਾਲ ਲੈ ਸਾਰਾ ਟੋਟਲ ਮਾਸ਼ਾਅੱਲਾ ਜੋੜ ਲਿਆ ਹੈਗਾ ਮੁਕੰਮਲ ਔਰ ਜਿਤਨੀ ਗੁੰਜਾਇਸ਼ ਹੈਗੀ ਸੀ ਜਿਸ ਤਰ੍ਹਾਂ ਨਾ ਜਿਹੜਾ ਪੈਸੇ ਸੇਲ ਹੈਗੀ ਸੀ ਉਹਨਾਂ ਸਾਰਿਆਂ ਦੇ ਸਮਾਨ ਲੈ ਦੇ ਅੱਲਾ ਗੁੰਜਾਇਸ਼ ਦੇਵੇਗਾ ਨਾ ਅਤੇ ਆਸਤਾ ਆਸਤਾ ਦੁਕਾਨ ਨੂੰ ਇਨਸ਼ਾਅੱਲਾ ਤਾਲਾ ਨਾਲ ਫੁੱਲ ਕਰਾਂਗੇ ਅਤੇ ਮੈਂ ਕਿਹੜਾ ਹੈਗਾ ਨਾ
ਦੁਕਾਨ ਦਾ ਸੌਦਾ ਵਗੈਰਾ ਜੋੜ ਲਿਆ ਸੀ ਔਰ ਬਿਲਕੁਲ ਨਾ ਵਿਹਲਾ ਹੋ ਗਿਆ ਜਿਹੜਾ ਹੈਗਾ ਨਾ ਤੰਦੂਰਾਂ ਨੂੰ ਮੁੰਦਰ ਫਿਰਨਾ ਸੀ ਤਿਆਰ ਕਰ ਲਿਆ ਸੀ ਔਰ ਹੁਣ ਨਾ ਫਿਰਨ ਲੱਗਾ ਇਹਨਾਂ ਨੂੰ ਪੋਚਾ ਕਿਉਂਕਿ ਮੱਟੀ ਅੰਦਰੋਂ ਪਾ ਲੈਂਦੀ ਹੈਗੀ ਤਾਂ ਹੁਣ ਸਿਰਫ ਨਾ ਵਿੱਚ ਨਾ ਹਿਲਾ ਕੇ ਨਾ ਦੁਕਾਨ ਹੈ ਅਲੀ ਨਾ ਫਿਰ ਮੱਟੀ ਹੈਗੀ ਰੁੜੇ ਹੈਗੇ ਸੀ ਇੱਕ ਨਾ ਹੁਣ ਵਿੱਚ ਪਾਉਣ ਲੱਗਾ ਕੇਰੀ ਵਿੱਚ ਕੇਰੀ ਪਾ ਕੇ ਨਾ ਚਿੱਤਰ ਕੋ ਨਾ ਇਹਨੂੰ ਨਾ ਲਾਲ ਕਰਨੇ ਆ ਲਾਲ ਕਰਕੇ ਤਾਂ ਫਿਰ ਇਹਨਾਂ ਦਾ ਸਾਰੇ ਕੰਮ ਚਲਾ ਕਾਫੀ ਸਾਰੇ ਭਾਈਆਂ ਭੈਣਾਂ ਦੇ ਕਮੈਂਟ ਆਏ ਹੋਏ ਹੈਗੇ ਸੀ ਬਾਈ ਨਾ ਤੁਸੀਂ ਇਹਨੂੰ ਨਾ ਉੱਤੋਂ ਨਾ ਪੋਚਾ ਮਾਰੋ ਲਾਲ ਕੇਰੀ ਦਾ ਨਾ ਫਿਰ ਜ਼ਿਆਦਾ ਖੂਬਸੂਰਤ ਲੱਗੇਗੀ ਅਤੇ ਤੁਹਾਡਾ ਜ਼ਿਆਦਾ ਸੇਲ ਹੋਵੇਗੀ ਤਾਂ ਕਰਕੇ ਅੱਜ ਅੱਗੇ ਤਾਂ ਫਿਰ ਨਹੀਂ ਮਾਰਿਆ ਕਿ ਅੱਲਾਹ ਤਾਂ ਮਾਸ਼ਾਅੱਲਾ ਵਿਕਦੇ ਰਹੇ ਹੁਣ ਥੋੜ੍ਹਾ ਜਿਹਾ ਨਾ ਕੰਮ ਥੋੜ੍ਹਾ ਜਿਹਾ ਢਿੱਲਾ ਹੈਗਾ ਤਾਂ ਕਰਕੇ ਨਾ ਮੈਂ ਚਲੋ ਪੇਟ ਵਗੈਰਾ ਇਹਨਾਂ ਨੂੰ ਨਕਾਰ ਦਿੱਤਾ ਜਾਵੇ ਹਾਂਜੀ ਅਤੇ ਅੱਲਾ ਨੂੰ ਯਾਦ ਕਰਕੇ ਨਾ ਰੰਗ ਮਾਰਨੀ ਸ਼ੁਰੂ ਕਰ ਦਿੱਤੀ ਔਰ ਇਹਨੂੰ ਨਾ ਅੱਛੀ ਤਰੀਕੇ ਨਾਲ ਪੇਂਟ ਵਗੈਰਾ ਕਰਾਂਗੇ ਅੱਲਾ ਕਰੇ ਨਾ ਸਾਡਿਆਂ ਨੂੰ ਸੇਲ ਹੋ ਜਾਵੇ ਭਾਈਆਂ ਭੈਣਾਂ ਵੀ ਦੁਆ ਜ਼ਰੂਰ ਕਰਨੀ ਹੈ ਕਿਉਂਕਿ ਨਾ ਕਿ ਅੱਲਾ ਸੇਲ ਹੋ ਗਿਆ ਨਾ ਅਤੇ ਬੇਗਮ ਸਾਹਿਬਾਂ ਦੀ ਨਾ ਦਵਾਈ ਲੈ ਆਵਾਂ ਇਹਦੇ ਨਾ ਮੈਂ ਕੜੇ ਵਗੈਰਾ ਕੇ ਰਹਿ ਗਏ ਨਾ ਸ਼ਾਮ ਟਾਈਮ ਇਹਨਾਂ ਬਣਾ ਲਏ ਸੀ ਕਿਉਂਕਿ ਨਾ ਥੋੜ੍ਹਾ ਜਿਹਾ ਗਿੱਲੇ ਗਿੱਲੇ ਗਏ ਗਿੱਲਿਆਂ ਦੇ ਸੌਖੇ ਬਣ ਜਾਂਦੇ ਅਤੇ ਹੁਣ ਨਾ ਬਿਲਕੁਲ ਹੀ ਨਾ ਇਸ ਟਾਈਮ ਨਾਲ ਤੰਦੂਰ ਤਿਆਰ ਹੈਗਾ ਅੱਲਾ ਕਰੇਗਾ ਸੋਹਣਾ ਮਾਲਿਕ ਕਰੇਗਾ ਤਾਂ ਵਿਕ ਜਾਵੇਗਾ ਟਾਕੀ ਨਾ ਥੱਲੇ ਡਿੱਗੀ ਸੀ ਬਹੁਤ ਜਿਹੜੇ ਨਾ ਪਿਆਰੇ ਲੱਗ ਰਹੇ ਨੇ ਅੱਜ ਤਾਂ ਬਸ ਨਾ ਰਹਿ ਗਿਆ ਹਾਂਜੀ ਮਾਸ਼ਾਅੱਲਾ ਬਹੁਤ ਜਿਹੜੇ ਨਾ ਪਿਆਰੇ ਲੱਗ ਰਹੇ ਨੇ ਅੱਗੇ ਤੇ ਜਿਹੜੇ ਸੀ ਨਾ ਹੀ ਲੱਗਦੇ ਸੀ ਜਿਵੇਂ ਪੁਰਾਣੇ ਲਾਲ ਹੋ ਗਏ ਹੈਗੇ ਤੇ ਸਾਰੇ ਨੇ ਤੇ ਤੇਰੀ ਮਾਰ ਦਿੱਤੀ ਹਾਂਜੀ ਤੋਰ ਮਾਸ਼ਾਅੱਲਾ ਖੂਬਸੂਰਤ ਵੀ ਕਾਫੀ ਸਾਰੇ ਲੱਗ ਰਹੇ ਹੈਗੇ ਤੇ ਬਸ ਆਇਆ ਲਾਲ ਹੋਰ ਜਿਹੜਾ ਇਹ ਲਾ ਵੱਡਾ ਤੰਦੂਰ ਹੈ ਨਾ ਉਹਦਾ ਰੰਗ ਵੇਖੋ ਜੀ ਸੁੱਕਾ ਖਲਾ ਹੁਣ ਔਰ ਕੀੜੀਆਂ ਕਾਫੀ ਸਾਰੀਆਂ ਹੁਣ ਮਾਸ਼ਾਅੱਲਾ ਵੇਖ ਕਿਹਦਾ ਲੱਗ ਰਿਹਾ
ਹਾਂਜੀ ਕੀੜੀਆਂ ਤੇ ਇੱਥੇ ਬਹੁਤ ਹਨ ਜਦੋਂ ਮੈਂ ਬੜੀਆਂ ਨੇ ਸਾਰਾ ਜਿਸਮ ਤੇ ਚਮੜੀਆਂ ਹਾਂਜੀ ਲਿੰਬਾਂ ਲੱਗਿਆ ਬੜਾ ਤੰਗ ਕਰਦੀਆਂ ਜਦੋਂ ਮਾਰੇ ਵਿੱਚ ਇਹਨਾਂ ਨੂੰ ਲਿੰਬਲੀਆਂ ਨਾ ਤੰਦੂਰਾਂ ਨੂੰ ਉਦੋਂ ਹੀ ਬੜਾ ਤੰਗ ਕਰਦੀਆਂ ਨੇ ਬਸ ਇਹ ਹਲੇ ਨਾ ਬਸ ਰਹਿ ਤਾਂ ਆਖਰੀ ਗਿਆ ਹਾਂਜੀ ਫਿਰ ਇੱਕ ਥੱਲੀ ਨਾ ਕੀੜੀਆਂ ਨੂੰ ਲਾ ਲਵਾਂਗਾ ਹਾਂਜੀ ਬਸ ਨਾਲ ਨਾ ਕਰੇਗਾ ਸੋਣਾ ਮਾਲਕ ਰੋਜ਼ ਹੀ ਦੇਗਾ ਹਾਂਜੀ ਕਿਉਂ ਨਹੀਂ ਲਓ ਜੀ ਮੈਂ ਸਾਰੀ ਮੁਕੰਮਲ ਉੜਨਾ ਟੋਟਲ ਫੇਲ ਹੈ ਔਰ ਪਸੀਨੇ ਪਸੀਨੀ ਹੋ ਗਿਆ ਤਾਂ ਕਾਫੀ ਸਾਰੇ ਤੰਦੂਰ ਵੀ ਕਾਫੀ ਸਾਰੇ ਹੈਗੇ ਸੀ ਤਾਂ ਫਿਰ ਨਾ ਸਾਹਮਣੇ ਨਾ ਧੁੱਪ ਲੱਗੀ ਕਿਉਂਕਿ ਹੁਣ ਸ਼ਾਮ ਟਾਈਮ ਆਉਣ ਵਾਲਾ ਦੀਗਰ ਦਾ ਟਾਈਮ ਹੋ ਗਿਆ ਹੈਗਾ ਅਤੇ ਹੋਰ ਕੋਈ ਘੰਟਾ ਡੇਢ ਕੁ ਸ਼ਾਮ ਹੋ ਜਾਣੀ ਅਤੇ ਮੈਂ ਕਿਹਾ ਚੱਲ ਨਾ ਠੰਡੇ ਠੰਡੇ ਮਾਹੌਲ 'ਚ ਨਾ ਇਹਨਾਂ ਨੂੰ ਫੇਰ ਲੈਂਦੇ ਹਾਂ ਅਤੇ ਸ਼ਾਇਦ ਮਿੱਟੀ ਵੀ ਨਾ ਹੁਣ ਮੈਂ ਗੋਲ ਲਵਾਂ ਕਿਉਂਕਿ ਸੁਬਾਹ ਘਰੇ ਨਾ ਇਹ ਲੈਣ ਲਿਬਾ ਲਵਾਂ ਕੀ ਕਰੇ ਬੇਗਮ ਸਭਾ ਦੀ ਹੈ ਤਬੀਅਤ ਖਰਾਬ ਪਰ ਕੰਮ ਕਰੀਏ ਨਾ ਤਾਂ ਖਾਣਾ ਕਿੱਥੋਂ ਹੈਗਾ ਰੋਜ਼ੀ ਕਮਾ ਰਹੇ ਹਾਂ ਤਾਂ ਅੱਲਾ ਦਿੱਤੀ ਜਾਂਦਾ ਸੋਨਾ ਮਾਰ ਸ਼ੁਕਰ ਹਾਂਜੀ ਅਤੇ ਮਾਸ਼ਾ ਅੲੱਲਾ ਤੰਦੂਰਾਂ ਨੂੰ ਕਿਹੜਾ ਹੈਗਾ ਨਾ ਸਾਰਾ ਪੋਚਾ ਮਾਰ ਲਿਆ ਹੈਗਾ ਸਾਰਾ ਟੋਟਲ ਔਰ ਬੇਗਮ ਸਾਹਿਬਾ ਕਿਹੜੀ ਹੈਗੀ ਨਾ ਕਿਹੜਾ ਬਚਿਆ ਸੀ ਪੋਚਾ ਉਹਨੇ ਕਿਹਾ ਹੈਗਾ ਮੈਂ ਆਪਣੇ ਕਿਚਨ ਨੂੰ ਨਾ ਖੂਬਸੂਰਤ ਬਣਾਉਣਾ ਹੈਗਾ ਮੈਂ ਕਿਹਾ ਚੱਲ ਠੀਕ ਹੈ ਜੀ ਮੈਂ ਤਾਂ ਕਿਹਾ ਵੀ ਮੈਂ ਫੇਰ ਦਿੰਦਾ ਪਰ ਬੇਗਮ ਸਾਹਿਬਾ ਨੇ ਕਿਹਾ ਨਹੀਂ ਮੈਂ ਆਪਣੇ ਹੱਥਾਂ ਨਾਲ ਨਾ ਆਪਣੇ ਚੁੱਲ੍ਹੇ ਨੂੰ ਨਾ ਕਿਹੜਾ ਹੈਗਾ ਨਾ ਅਸੀਂ ਪਿੰਡਾਂ ਥਾਵਾਂ 'ਚ ਇਹਨੂੰ ਚੁੱਲ੍ਹਾ ਸਦਨੇ ਹਾਂ ਰੋਟੀਆਂ ਪਕਾਉਣ ਸਾਡਾ ਸਭ ਤੋਂ ਪਹਿਲਾਂ ਤਾਂ ਹੈਗਾ ਕਿਚਨ ਕਿਉਂਕਿ ਕਿਚਨ ਇਹ ਹੁੰਦੇ ਅਤੇ ਅਸੀਂ ਰੋਟੀ ਆਂਡੀ ਨਾਲ ਬਣਾਉਂਦੇ ਹਾਂ ਅਤੇ ਬੇਗਮ ਸਾਹਿਬਾ ਥੋੜ੍ਹਾ ਜਿਹਾ ਬਸ ਨੇ ਪੇਂਟ ਵਗੈਰਾ ਬਚਿਆ ਸੀ ਇਹਨੇ ਰੰਗ ਬਚੀ ਸੀ ਨਾਲ ਅਤੇ ਔਰ ਬੇਗਮ ਸਾਹਿਬਾ ਸਾਡਾ ਤੂੰ ਨਾ ਚਮਕਾ ਰਹੀ ਹੈਗੀ ਇਹ ਕਰੀ ਨਾ ਉਹ ਕੇਰੀ 'ਤੇ ਨਾ ਅਤੇ ਮਿੱਟੀ ਕਿਹੜੀ ਹੈਗੀ ਨਾ ਉਹ ਵਾਲੀ ਫਿਰ ਨਰਲਾ ਦਿੰਦੇ ਹਾਂ ਅਸੀਂ ਅਤੇ ਕਾਫੀ ਸਾਰੀਆਂ ਖੂਬਸੂਰਤੀਆਂ ਦੇ ਨਾਲ ਵੱਧ ਜਾਂਦੀ ਔਰ ਬੇਗਮ ਸਾਹਿਬਾ ਨੂੰ ਲੱਕੜਾਂ ਵਗੈਰਾ ਵੀ ਕੋਠੀ ਟੋਕ ਕੇ ਦਿੱਤੀਆਂ ਸੀ ਉੱਤੇ ਕਿਉਂਕਿ ਉਹਨਾਂ ਮੋਟੀਆਂ ਹੈਗੀਆਂ ਥੋੜ੍ਹੀਆਂ ਜੀਆਂ ਅਤੇ ਉਹ ਵਾਲਾ ਨਾ ਫਿਰ ਆਜ਼ਾਦੀ ਹੋ ਜਾਂਦੀ ਹੈਗੀ ਅਤੇ ਮੈਂ ਤਾਂ ਕਹਿੰਦਾ ਅਸੀਂ ਬੇਗਮ ਸਾਹਿਬ ਬਣਾ ਲਈਏ ਦੂਸਰੇ ਆਲੂਆਂ ਵਾਲੀ ਨਾ ਚਾਵਲ ਆਲੂ ਵਾਲਾ ਨਾ ਚਾਵਲ ਬਣਾ ਲਈਏ ਬਿਰਿਆਨੀ ਕਿਸੇ ਦਿਨ ਭਾਈਆਂ ਭੈਣਾਂ ਨੂੰ ਬਿਰਿਆਨੀ ਬਣਾ ਕੇ ਦਿਖਾਵਾਂਗੇ ਇਨਸ਼ਾਅੱਲਾ ਤਾਲਾ ਹੁਣ ਕਿਹੜਾ ਹੈਗਾ ਨਾ ਮੈਂ ਜਾ ਕੇ ਸਬਜ਼ੀ ਲੈ ਆਉਂਦਾ ਆਲੂ ਲੈ ਆਉਂਦਾ ਅਤੇ ਔਰ ਅਸਾਂ ਨਾ ਕਿਹੜੀ ਹੈਗੀ ਨਾ ਸਬਜ਼ੀ ਵਗੈਰਾ ਦਾ ਵੀ ਨਾ ਕੰਮ ਸ਼ੁਰੂ ਕਰਨੇ ਹੁਣ ਨਾ ਠੰਡ ਪੈ ਰਹੀ ਹੈਗੀ ਥੋੜ੍ਹਾ ਥੋੜ੍ਹਾ ਆਸਤਾ ਆਸਤਾ ਨਾ ਆਪਣਾ ਕੰਮ ਉਹ ਵੀ ਗੱਲਾਂ ਨੂੰ ਯਾਦ ਕਰਕੇ ਨਾ ਸ਼ੁਰੂ ਕਰਨੇ ਆ ਕਿਉਂਕਿ ਹੁਣ ਸਬਜ਼ੀ ਖਰਾਬ ਘੱਟ ਹੋਵੇਗੀ ਕਿਉਂਕਿ ਨਾ ਇਤਨੀ ਜ਼ਿਆਦਾ ਗਰਮੀ ਸਾਡੇ ਕੋਲ ਨਹੀਂ ਪੈ ਰਹੀ ਰਾਤ ਨੂੰ ਨਾ ਕਿਹੜੀ ਹੈਗੀ ਠੰਡ ਪੈਂਦੀ ਹੈਗੀ ਦਿਨੇ ਥੋੜ੍ਹਾ ਜਿਹਾ ਨਾ ਗਰਮੀ ਦਾ ਸੇਕ ਹੁੰਦਾ ਹੈਗਾ ਆਸਤਾ ਆਸਤਾ ਮੌਸਮ ਚੇਂਜ ਹੋ ਰਹੇ ਹੈਗੇ ਅੱਲਾ ਕਰੇਗਾ ਠੰਡ ਹੈਗੇ ਥੋੜ੍ਹੀ ਥੋੜ੍ਹੀ ਪੈਣ ਲੱਗ ਪਈ ਤਾਂ ਉਸ ਤੋਂ ਬਾਅਦ ਇਹ 'ਚ ਨਾ ਅਸੀਂ ਆਪਣਾ ਸਾਰਾ ਕਿਹੜਾ ਹੈਗਾ ਨਾ ਨਿਜ਼ਾਮ ਸੈੱਟ ਕਰ ਲਵਾਂਗੇ ਔਰ ਬੇਗਮ ਸਾਹਿਬਾ ਮੁਕੰਮਲ ਕਰ ਲਿਆ ਮੈਂ ਵੀ ਚੱਲ ਕੇ ਸ਼ੋਪ 'ਤੇ ਜਾਂਦਾ ਸ਼ੋਪ ਬੰਦ ਕਰਕੇ ਅਤੇ ਫਿਰ ਆਉਂਦੇ ਹਾਂ ਕਿਹੜਾ ਘਰ ਦਾ ਕਮਰਾ ਹੈਗਾ ਉਹ ਅੱਲਾ ਕਰਨੇ ਹਾਂਜੀ ਅਤੇ ਮੈਂ ਵੀ ਬਾਹਰੋਂ ਆ ਗਿਆ ਔਰ ਕਿਹੜਾ ਹੈਗਾ ਨਾ ਸ਼ੋਪ 'ਤੇ ਚਲਾ ਗਿਆ ਸੀ ਔਰ ਕਬੂਤਰਾਂ ਨੂੰ ਨਾ ਦਾਣਾ ਪਾਣੀ ਪਾਇਆ ਹੈਗਾ ਆਪਣੇ ਚੁਗ ਰਹੇ ਗਏ ਔਰ ਉਸ ਤਰ੍ਹਾਂ ਜਵਾਰ ਹੈਗੀ ਸੀ ਉਹ ਵੀ ਪਾਈ ਹੈਗੀ ਨਾਲ ਦੂਸਰਾ ਨਾ ਗੰਦਾ ਵਗੈਰਾ ਹੈ ਨਾ ਉਹ ਵਾਲੀ ਵੀ ਨਾ ਪਾ ਦਿੱਤੀ ਹੈਗੀ ਪਾਣੀ ਵੀ ਪਾ ਦਿੱਤਾ ਹੈਗਾ ਔਰ ਕਿਹੜਾ ਹੈਗਾ ਨਾ ਦੂਸਰੇ ਵਿੱਚ ਕਿਸ਼ ਨਾ ਫਿਰਦੇ ਬੰਦੇ ਆ ਜਾਓ ਆ ਜਾਓ ਆ ਜਾਓ ਆ ਜਾਓ ਸਾਰੇ ਹਾ 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 ਆ ਜਾਓ ਔਰ ਚੱਲਦੇ ਹਾਂ ਬੇਗਮ ਸਾਹਿਬ ਵਾਲੇ ਮੈਂ ਹੀ ਮੂੰਹ ਹੱਥ ਧੋ ਕੇ ਉਹ ਕਿਉਂਕਿ ਨਾ ਰੰਗ ਵਗੈਰਾ ਅੱਜ ਵੀ ਥੋੜ੍ਹੀ ਥੋੜ੍ਹੀ ਨਾ ਲੱਗੀ ਹੋਈ ਹੈਗੀ ਅਤੇ ਤੰਦੂਰਾਂ ਨੂੰ ਮਿੱਟੀ ਵਗੈਰਾ ਲਾ ਲਈ ਅਤੇ ਔਰ ਚੱਲਦੇ ਹਾਂ ਬੇਗਮ ਸਾਹਿਬਾ ਕਿਹੜੀ ਹੈਗੀ ਨਾ ਆਪਣੇ ਕੰਮ ਦੀ ਰੂਟੀਨ ਦਿਖਾ ਰਹੀ ਹੈਗੀ ਕਿ ਕੰਮ ਵਗੈਰਾ ਕਿਹੜਾ ਹੈਗਾ ਨਾ ਉਹ ਸਾਰਾ ਨਾ ਕਰ ਲਿਆਉਣਾ ਹੈਗਾ ਅਤੇ ਕਿਹੜਾ ਸਫਾਈ ਵਗੈਰਾ ਬਾਹਰੋਂ ਧੋਈ ਪਈ ਹੈਗੀ ਔਰ ਅੰਦਰ ਹੀ ਨਾ ਚਾਰ ਪਾਈਆਂ ਨਾ ਪਾ ਦਿੱਤੀਆਂ ਮਾਸ਼ਾ ਅੱਲਾ ਤੁਸੀਂ ਰਹਿਣ ਦੇਣਾ ਸੀ ਮੈਂ ਸਾਰਾ ਕਰ ਲੈਣਾ ਸੀ ਅੱਜ ਸਿਰਫ ਤਾਂ ਤੁਸੀਂ ਜਲਦੀ ਨਾ ਕੀਤਾ ਬਈ ਨਾ ਮੈਂ ਆ ਕੇ ਨਾ ਕਰ ਲਵਾਂ ਕਿਉਂਕਿ ਨਾ ਜ਼ਿਆਦਾ ਕਦੀ ਨਾ ਬੇਗਮ ਸਾਹਿਬਾ ਦੀ ਤਬੀਅਤ ਖਰਾਬ ਹੋਵੇ ਨਾ ਫਿਰ ਕਿਹੜਾ ਹੈਗਾ ਨਾ ਮੈਂ ਚਾਰ ਪਾਈਆਂ ਵਗੈਰਾ ਬਾਹਰ ਕੱਢ ਕੇ ਤੋਰ ਬੱਚਿਆਂ ਦੀਆਂ ਨਾ ਅਤੇ ਸਾਰੀਆਂ ਨਾ ਸੋਤਾਂ ਵਗੈਰਾ ਨਾ ਮੈਂ ਬਣਾ ਦਿੰਦਾ ਹੈਗਾ ਅਤੇ ਬੇਗਮ ਸਾਹਿਬ ਅੱਜ ਹੁਣ ਪਹਿਲਾਂ ਹੀ ਮੇਰੇ ਤੋਂ ਨਾ ਕਿਹੜਾ ਹੈਗਾ ਨਾ ਕੱਢ ਲਈਆਂ ਬਈ ਉਸ ਨਾ ਸਭ ਦਾ ਨੇ ਆ ਕੇ ਕੱਢ ਲੈਣੀ ਕੋਈ ਨਹੀਂ ਇਹ ਕਿਹੜਾ ਕੰਮ ਹੈਗਾ ਤੁਸੀਂ ਅੱਜ ਬਸ ਰੈਸਟ ਕਰ ਲਓ ਮੈਂ ਦੂਸਰਾ ਕਿਹੜਾ ਨਾ ਕੰਮ ਵਗੈਰਾ ਸਾਰਾ ਕਰ ਲੈਂਦਾ
ਆਮੀਨ ਆਮੀਨ। ਬਸ ਨਾ ਉਹ ਗੋਲੀਆਂ ਕਿਹੜੀਆਂ ਹੈਗੀਆਂ ਨਾ ਖਤਮ ਹੋ ਗਈਆਂ ਹੈਗੀਆਂ, ਕਿਉਂਕਿ ਤਕਰੀਬਨ 40 ਤੋਂ 45 ਰੁਪਏ ਦੀ ਇੱਕ ਗੋਲੀ ਮਿਲਦੀ ਹੈਗੀ ਕਿਹੜੀ ਨਾ ਬੇਗਮ ਸਾਹਿਬਾ ਨਾ, ਫਿਰ ਉਹ ਕਈ ਜ਼ਿਆਦਾ ਮਹਿੰਗੀਆਂ ਵਿੱਚ ਕਈ ਸਸਤੀਆਂ ਵੀ ਹੈਗੀਆਂ ਮੈਡੀਸਨ, ਅਤੇ ਕਈ ਨਾ ਜ਼ਿਆਦਾ ਮਹਿੰਗੀਆਂ ਵੀ ਹੈਗੀਆਂ। ਅਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਲਾ ਪਾਕ ਅਤੇ ਨੇਕ ਬੰਦਿਆਂ ਦਾ, ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਖਾਲਿਦ ਅਤੇ ਬਾਬਰ ਮਹਿਮੂਦ ਦਾ, ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਮਾਸ਼ਾਅੱਲਾ ਸਾਡੇ ਨਾਲ। ਅੱਲਾ ਪਾਕ ਅਤੇ ਉਹਨਾਂ ਨੇਕ ਬੰਦਿਆਂ ਨੇ ਸਾਡੀ ਹੈਲਪ ਕੀਤੀ ਸੀ, ਅਤੇ ਔਰ ਸਿਸਟਰ ਫਰੀਦਾ ਹੈਗੀ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਮਾਸ਼ਾਅੱਲਾ, ਪੰਖੇ ਵਗੈਰਾ ਕਿਹੜੇ ਲਾਏ ਤੇ ਉਹਨਾਂ ਦੀ ਵੀ ਅੱਲਾ ਜ਼ਿੰਦਗੀ ਕਰੇ। ਬਹੁਤ ਅੱਛੇ ਅੱਲਾ ਪਾਕ ਅਤੇ ਨੇਕ ਬੰਦੇ ਹੈਗੇ, ਅੱਲਾ ਪਾਕ ਸਾਰਿਆਂ ਦੀ ਜ਼ਿੰਦਗੀ ਕਰੇ। ਔਰ ਬਹੁਤ ਹੀ ਅੱਛਾ ਸਾਰਾ ਹੈਗਾ ਇੱਕ ਸਾਡਾ ਨਾ, ਅੱਲਾ ਪਾਕ ਉਹਦੀ ਜ਼ਿੰਦਗੀ ਕਰੇ ਕਿਹੜੇ ਨਾ ਇਹ ਵਾਸ਼ਰੂਮ ਵਾਸਤੇ ਪੈਸੇ ਭੇਜੇ ਸੀ ਨਜ਼ੀਰ ਹਾਸ਼ਮੀ, ਬਹੁਤ ਬਹੁਤ ਸ਼ੁਕਰਗੁਜ਼ਾਰ ਉਸ ਅੱਲਾ ਪਾਕ ਦੇ ਨੇਕ ਬੰਦੇ ਦਾ। ਅੱਲਾ ਉਹਦੀ ਸਾਰੀ ਫੈਮਿਲੀ 'ਤੇ ਰਹਿਮਤ ਕਰੇ, ਉਹਦੀ ਸਾਰੀ ਬੱਚਿਆਂ ਦੀ ਜ਼ਿੰਦਗੀ ਕਰੇ, ਸਾਰੀ ਫੈਮਿਲੀਆਂ 'ਤੇ ਸੋਹਣਾ ਮਾਲਕ ਉਹਨਾਂ ਦੀ 'ਤੇ ਰਹਿਮਤ ਕਰੇ। ਅਸੀਂ ਤਾਂ ਸਾਰੇ ਭਾਈਆਂ ਭੈਣਾਂ ਵਾਸਤੇ ਦੁਆ ਕਰਨੇ ਹਾਂ ਸੋਹਣਾ ਮਾਲਕ ਸਾਰਿਆਂ 'ਤੇ ਰਹਿਮਤ ਕਰੇ। ਬਹੁਤ ਅੱਛੀਆਂ ਸਿਸਟਰਾਂ ਹੈਗੀਆਂ ਮਾਸ਼ਾਅੱਲਾ, ਸਾਨੂੰ ਕਾਰੋਬਾਰ ਹੀ ਮੇਰੀ ਸਿਸਟਰ ਨੇ ਇੱਕ ਨੇ ਬਣਾ ਦਿੱਤਾ ਸੀ, ਔਰ ਕਿਹੜੇ ਸਬਜ਼ੀ ਵਾਲਾ ਫੱਟਾ ਵਗੈਰਾ ਉਹ ਵੀ ਲੈ ਕੇ ਦਿੱਤਾ ਸੀ, ਔਰ ਇਹ ਵਾਲੀ ਨਾ ਮੋਟਰ ਵਗੈਰਾ ਵੀ ਕਿਹੜੀ ਹੈਗੀ ਨਾ ਮੇਰੀ ਸਿਸਟਰ ਨੇ, ਬਹੁਤ ਅੱਛੀ ਹੈਗੀ ਅੱਲਾ ਪਾਕ ਉਹਦੀ ਜ਼ਿੰਦਗੀ ਕਰੇ। ਇਹ ਵਾਲੀ ਵੀ ਉਹਨੇ ਲੈ ਕੇ ਦਿੱਤੀ ਸੀ, ਅੱਲਾ ਸਾਰਿਆਂ ਦੀ ਜ਼ਿੰਦਗੀ ਕਰੇ, ਉਹਨਾਂ ਦੇ ਸਾਰਿਆਂ ਦੇ ਕਾਰੋਬਾਰ ਬਰਕਤਾਂ ਪਵੇ। ਅਸੀਂ ਤਾਂ ਹਰ ਵਕਤ ਸਾਰੇ ਭੈਣਾਂ ਭਾਈਆਂ ਵਾਸਤੇ ਦੁਆ ਕਰਨੇ ਆ, ਅੱਲਾ ਪਾਕ ਸਾਡੀ ਦੁਆ ਕਬੂਲ ਕਰੇਗਾ। ਇਤਨਾ ਪਿਆਰਾ ਨੇਕ ਮਹੀਨਾ, ਅਸੀਂ ਤਾਂ ਹਰ ਵਕਤ ਸਾਰੇ ਭੈਣਾਂ ਭਾਈਆਂ ਵਾਸਤੇ ਦੁਆ ਕਰਨੇ ਆ, ਇਸ ਪਿਆਰੇ ਨੇਕ ਮਹੀਨੇ ਦੇ ਵਿੱਚ ਸਾਡੀਆਂ ਦੁਆਵਾਂ ਅੱਲਾ ਪਾਕ ਕਬੂਲ ਕਰੇ, ਅਤੇ ਮੇਰੇ ਭਾਈਆਂ ਭੈਣਾਂ ਵਾਸਤੇ ਆਸਾਨੀਆਂ ਫਰਮਾਵੇ, ਕਿਹੜੇ ਬਿਮਾਰ ਅੱਲਾ ਪਾਕ ਉਹਨਾਂ ਨੂੰ ਸ਼ਫਾ ਦੇਵੇ, ਔਰ ਜਿਹੜੇ ਔਲਾਦ ਨਹੀਂ ਸੋਹਣਾ ਮਾਲਿਕ ਇਤਨੇ ਪਿਆਰੇ ਨੇਕ ਮਹੀਨੇ 'ਚ ਉਹਨਾਂ ਨੂੰ ਔਲਾਦ ਦੇਵੇ। ਅਸੀਂ ਤਾਂ ਹਰ ਵਕਤ ਸਾਰੇ ਭੈਣਾਂ ਭਾਈਆਂ ਵਾਸਤੇ ਅੱਛੀ ਦੁਆ ਕਰਨੇ ਆ, ਸੋਹਣਾ ਮਾਲਕ ਸਾਰਿਆਂ 'ਤੇ ਰਹਿਮਤ ਕਰੇ। ਔਰ ਸਾਡੀ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਜ਼ਰੂਰ ਕਰਨਾ ਹੈਗਾ। ਹਾਂਜੀ ਭਾਈਆਂ ਭੈਣਾਂ ਨੂੰ ਘਰ ਦੀ ਰੂਟੀਨ ਨਾਲ ਦਿਖਾਈ ਰੱਖਣੇ ਆ ਜਿਹੜੀ ਸ਼ੇਅਰਿੰਗ ਹੈ। ਬੇਗਮ ਸਾਹਿਬਾ ਵਾਸਤੇ ਵੀ ਦੁਆ ਪਾਈਆਂ ਭੈਣਾਂ ਜ਼ਰੂਰ ਕਰਨੀ ਹੈਗੀ, ਅੱਲਾ ਤੰਦਰੁਸਤੀ ਇਹਨੂੰ ਵੀ ਦੇਵੇ ਨਾ, ਕਿਉਂਕਿ ਨਾ ਮੈਂ ਤਾਂ ਬਹੁਤ ਸਾਰਾ ਪਰੇਸ਼ਾਨ ਹੋ ਜਾਂਦਾ ਜਿਸ ਟਾਈਮ ਨਾ ਬੇਗਮ ਸਾਹਿਬਾ ਦੀ ਤਬੀਅਤ ਖਰਾਬ ਵੇਖਣਾ ਨਾ, ਕਿਉਂਕਿ ਸਾਡਾ ਮੀਆਂ ਬੀਵੀ ਦਾ ਦੋਵਾਂ 'ਚ ਆਪਸ ਵਿੱਚ ਬਹੁਤ ਪਿਆਰ ਹੈਗਾ, ਕਿਉਂਕਿ ਇੱਕ ਦੂਸਰੇ ਤੋਂ ਬਗੈਰ ਸਾਡਾ ਵਕਤ ਹੀ ਸਾਰਾ ਨਹੀਂ ਲੰਘਣਾ ਹੈਗਾ, ਕਿਉਂਕਿ ਬੱਚੇ ਹੈਗੇ, ਬੱਚਿਆਂ ਦੇ ਨਾਲ ਬੰਦਾ ਖੁਸ਼ ਲਜ਼ਾਵਿਦਾ, ਪਰ ਜਿੱਥੇ ਆਪਣੇ ਦੋਵੇਂ ਜੋੜੇ ਦਾ ਹੁੰਦਾ ਹੈ ਨਾ, ਫਿਰ ਬੇਗਮ ਸਾਹਿਬਾਂ ਅਤੇ ਔਰ ਮੇਰਾ ਉਹ ਅਲੱਗ ਹੀ ਹੁੰਦਾ ਇੱਕ ਪਿਆਰ, ਵੀ ਇੱਕ ਦੁੱਖ ਦੂਸਰੇ ਨਾਲ ਸੁੱਖ ਦੁੱਖ ਦੀ ਨਾ ਗੱਲ ਕਰ ਸਕਦੇ ਹਾਂ। ਅੱਲਾ ਪਾਕ ਤੰਦਰੁਸਤੀ ਦੇਵੇ ਸੋਹਣਾ ਮਾਲਕ, ਸਾਰਿਆਂ ਭਾਈਆਂ ਭੈਣਾਂ ਦੁਆ ਵੀ ਕਰਨੀ, ਅਤੇ ਔਰ ਅੱਛੇ ਜਿਹੇ ਪਿਆਰੇ ਜਿਹੇ ਵਲੋਗ 'ਚ ਇਨਸ਼ਾਅੱਲਾ ਤਾਲਾ ਸੁਬਹ ਮਿਲਾਂਗੇ, ਅਤੇ ਅੱਜ ਦੇ ਵਲੋਗ 'ਚ ਭਾਈਆਂ ਭੈਣਾਂ ਕੋਲ ਇੱਥੇ ਲੈ ਰਹੇ ਹਾਂ ਇਜਾਜ਼ਤਾਂ, ਅੱਲਾ ਨਿਗਹਿਬਾਨ, ਇਨਸ਼ਾਅੱਲਾ ਤਾਲਾ ਸੁਬਹ ਭਾਈਆਂ ਭੈਣਾਂ ਨੂੰ ਮਿਲਾਂਗੇ।